ਤੁਸੀਂ ਆ ਰਹੇ ਹੋ ਕਿ ਮੈਂ ਤੁਹਾਨੂੰ ਲੈਣਾ ਵਾ? ਜਿਸਮ ਵਿੱਚ ਜੁਰਤ ਆ ਹੀ ਨਹੀਂ ਸਕਦੀ ਜਿਹੜਾ ਨੂਰੀ ਨੱਤ ਨਾਲ ਟਕਰਾ ਸਕੇ। ਗਾਈਜ਼, ਜਿਹੜੀ ਇੱਕ ਫਿਲਮ ਆਈ ਹੈ ਦ ਲੇਜੰਡ ਆਫ ਮੌਲਾ ਜੱਟ, ਠੀਕ ਹੈ, ਸਭ ਨੂੰ ਪਤਾ ਹੈ ਕਿ ਮੁਸਤਫਾ ਕੁਰੈਸ਼ੀ ਸਾਹਿਬ ਨੇ ਕਿੰਨਾ ਕਮਾਲ ਦਾ ਜਿਹੜਾ ਉਹਦੇ 'ਚ ਜੋ ਐਕਟਿੰਗ ਕੀਤੀ ਹੈ, ਠੀਕ ਹੈ। ਅਤੇ ਇੱਕ ਵੀਡੀਓ ਆਪਾਂ ਦੇਖ ਰਹੇ ਹਾਂ ਹੁਣ, ਇੱਕ ਇੰਟਰਵਿਊ ਹੈ, ਓਰੀਜਨਲ ਲਿੰਕ ਦਾ ਡਿਸਕ੍ਰਿਪਸ਼ਨ ਬਿਲੋ ਜਾ ਕੇ ਦੇਖ ਲਿਓ। ਦ ਲੇਜੰਡ ਆਫ ਮੌਲਾ ਜੱਟ ਦਾ ਟ੍ਰੇਲਰ ਦੇਖਿਆ ਤੁਸੀਂ? ਨਹੀਂ ਦੇਖਿਆ? ਫਿਲਮ ਦੇਖ ਲਈ? ਮੈਂ ਵੇਖ ਲਈ, ਛੇੜ ਹੋਈ ਨਾ। ਚਲੋ, ਮੈਂ ਲੰਡਨ ਮੇ ਥਾ, ਸੁਬਹਾ ਸੁਬਹਾ ਫੋਨ ਆਈ ਮੇਰੇ ਹੀ ਲਹਿਜੇ ਸ਼ਹਿਰੇ ਨੇ ਪੰਜਾਬੀ ਵਿੱਚ ਹੀ ਕਿ ਤੁਸੀਂ ਆ ਰਹੇ ਹੋ ਕਿ ਮੈਂ ਤੁਹਾਨੂੰ ਲੈਣਾ ਵਾ। ਮੈਂ ਸਮਝਿਆ ਕਿਸੇ ਫੈਨ ਨੇ ਨੰਬਰ ਲੈ ਲਿਆ ਹੈ ਔਰ ਉਸਨੇ ਫੋਨ ਕੀਤਾ। ਆਪਾਂ ਵੀਡੀਓ ਦੇਖੀ ਸੀ ਇਹਨਾਂ ਦੀ ਪੁਰਾਣੀ, ਯਾਦ ਤੁਹਾਨੂੰ ਪਹਿਲੀ ਜਿਹੜੀ ਮੌਲਾ ਜੱਟ ਸੀ ਕਿ ਮੈਂ ਇਕੱਲੇ ਨੇ ਦੇਖੀ ਸੀ? ਆਪਾਂ ਦੋਨਾਂ ਨੇ ਦੇਖੀ ਸੀ ਹੈਗੀ ਹੈ। ਨਵਾਂ ਆਇਆ ਇਹ, ਸੋਹਣਿਆ, ਕਾਫੀ ਪੁਰਾਣੀ, ਬੜਾ ਟਾਈਮ ਹੋ ਗਿਆ, 3 ਸਾਲ ਪਹਿਲਾਂ ਆਪਾਂ ਬਣਾਈ ਸੀ, ਠੀਕ ਹੈ, ਓਕੇ। ਤੇ ਉਹਦਾ ਲੀਜੈਂਡ ਆਫ ਮੌਲਾ ਜੱਟ ਜਿਹੜੀ ਹੁਣ ਆਈ ਆ, ਇਹ ਉਹਨਾਂ ਤੇ ਕਮੈਂਟ ਕਰਨਗੇ ਹੁਣ, ਅੱਗੇ ਦੇਖਦੇ ਆ ਕੀ ਗੱਲ ਹੈ। ਮੈਂ ਕਿਹਾ ਜੀ ਕੌਣ ਬੋਲ ਰਹੇ ਨੇ? ਨਹੀਂ ਨਹੀਂ ਪਹਿਲਾਂ ਦੱਸੋ ਤੁਸੀਂ ਆ ਰਹੇ ਹੋ ਭਈਆ, ਕੌਣ ਬੋਲ ਰਹੇ? ਅੱਗੋਂ ਕਹਿੰਦੇ ਨੇ ਮੈਂ ਧਰਮਿੰਦਰ ਬੋਲੋ। ਮੈਂ ਕਭੀ ਨਾ ਇੰਡੀਆ ਗਿਆ ਨਾ ਧਰਮਿੰਦਰ ਸਾਹਿਬ ਸੇ ਕਭੀ ਮੇਰੀ ਮੁਲਾਕਾਤ ਹੋਈ। ਅਲਬਤਾ ਇਹ ਜ਼ਰੂਰ ਹੈ ਕਿ ਉਹ ਸੀਨੀਅਰ ਤਰੀਨ ਭਾਰਤੀ ਫਿਲਮਕਾਰ ਆਰਟਿਸਟ ਹੈ। ਹਾਂਜੀ ਹਾਂਜੀ। ਔਰ ਮੈਂ ਤੋ ਆਪਕਾ ਫੈਨ ਹੂੰ, ਇਹ ਉਨਕੇ ਅਲਫਾਜ਼ ਹੈ। ਹਾਂਜੀ ਹਾਂਜੀ। ਮੈਂ ਤੋ ਆਪਕਾ ਫੈਨ ਹੂੰ, ਮੈਂ ਮਿਲਣਾ ਚਾਹਤਾ ਹੂੰ। ਲੈ, ਕਿਆ ਬਾਤ ਹੈ, ਕਿਆ ਬਾਤ ਹੈ। ਮੈਨੇ ਕਹਾ ਯਾਰ ਆਪ ਹੁਕਮ ਕਰੇ। ਉਹਨੇ ਫਿਰ ਕਹਿਣ ਲਗਾ ਜੇ ਕੱਲ ਲੰਚ ਮੇਰੇ ਸਾਥ ਕਰੇ, ਠੀਕ ਹੈ ਜੀ। ਦੂਸਰਾ ਦਿਨ ਹੁਆ ਤੋ ਮੈਨੇ ਸੁਬਹਾ ਫੋਨ ਕੀਆ, ਮੈਨੇ ਕਹਾ ਧਰਮਿੰਦਰ ਸਾਹਿਬ ਰਾਤ ਕੋ ਨਹੀਂ ਹੋ ਸਕਤਾ? ਕਹਿਣ ਲਗਾ ਯਾਰ ਠੀਕ ਹੈ, ਫਿਰ ਰਾਤ ਹੀ ਕੋ ਡਿਨਰ ਕਰਤੇ ਹੈ। ਉਹ ਕਿਹਾ ਹੈ ਕਿ ਰਾਤ ਕੋ ਮੈਂ ਇਸ ਲਈ ਨਹੀਂ ਕਰ ਰਹਾ ਥਾ ਕਿ ਹਮਾਰੀ ਨਾਈਟ ਸ਼ੂਟਿੰਗ ਥੀ। ਸ਼ਾਮ ਕੋ ਗਾੜੀ ਭੇਜੀ, ਮੈਂ ਗਿਆ, ਯਕੀਨ ਕਰੇ ਉਹ ਘਰ ਮੇ ਠਹਿਰੇ ਹੋਏ ਤੇ ਉਹਨਾਂ ਨੇ ਘਰ ਲਿਆ ਹੁਆ। ਕਿੰਗਸਬਰੀ ਵਹਾਂ ਇੱਕ ਇਲਾਕਾ ਹੈ, ਵਹਾਂ ਧਰਮ ਸਾਹਿਬ ਬਾਹਰ ਫੁੱਟਪਾਥ ਪੇ ਖੜੇ ਥੇ ਮੁਝੇ ਰਿਸੀਵ ਕਰਨੇ ਕੇ ਲੀਏ। ਗਾੜੀ ਕਾ ਦਰਵਾਜ਼ਾ ਖੋਲਾ, ਜੱਫੀ ਪਾਈ, ਮੁਝੇ ਅੰਦਰ ਲੈ ਗਏ, ਬਿਠਾਇਆ, ਆਪ ਖੜੇ ਥੇ। ਮੈਨੇ ਕਹਾ ਬੈਠੇ ਨਾ, ਤੇ ਦੋਨੋਂ ਹੱਥੋਂ ਸੇ ਉਠਾ ਕੇ ਕਹਿਤਾ ਕਿ ਯਾਰ ਇੱਕ ਵਾਰੀ ਹੋਰ, ਹਾਲੇ ਮੈਂ ਰੱਜਿਆ ਨਹੀਂ। ਉਹ ਮੁਝੇ ਘੁੱਟ ਕੇ ਜੱਫੀ ਪਾਈ ਦੋ ਨੇ, ਫਿਰ ਤੋਂ ਬੈਠ ਗਿਆ। ਬੈਠ ਗਿਆ ਉਸਨੇ ਜੋ ਮੇਰੇ ਸਾਥ ਬਾਤੇ ਕੀ ਫਿਲਮੋ। ਕਹਿਣਗੇ ਜੀ ਆਪਕੇ ਜਿਤਨੀ ਫਿਲਮੇ ਹੈ ਪੰਜਾਬੀ ਕੀ ਖਾਸ ਤੌਰ ਪਰ, ਉਹ ਮੇਰੇ ਘਰ ਕੀ ਲਾਇਬ੍ਰੇਰੀ ਮੇ ਹੈ। ਔਰ ਇਸ ਮੌਲਾ ਜੱਟ ਕੋ ਤੋ ਮੈਨੇ, ਮੇਰੀ ਖਾਹਿਸ਼ ਥੀ ਕਿ ਮੈਂ ਇਹ ਬਣਾਊਂ ਔਰ ਇਸ ਮੇ ਆਪ ਵਾਲਾ ਰੋਲ ਮੈਂ ਕਰੂੰ। ਲੇਕਿਨ ਕਹਿਣ ਲੱਗੇ ਕਿ ਡਾਇਰੈਕਟਰ ਨੇ ਮੌਲਾ ਜੱਟ ਇੱਧਰ ਬਣੀ ਤਾਂ ਨਹੀਂ, ਪਰ ਪੰਜਾਬੀ ਵਿੱਚ ਇੱਧਰ ਯੋਗਰਾਜ ਸਿੰਘ ਦੀ ਫਿਲਮ ਬਣੀ ਸੀ, ਉਹਨਾਂ 'ਤੇ ਵੀ ਆਪਾਂ ਰਿਐਕਸ਼ਨ ਬਣਾਇਆ ਸੀ ਉਸ ਸੀਨ 'ਤੇ। ਮਤਲਬ ਕੁਝ ਕੁਝ ਮੌਲਾ ਜੱਟ ਦੇ ਸੀਨਸ ਆ ਜਿਹੜੇ ਉਹ ਇਹਨਾਂ ਨੇ ਇੱਧਰ ਲਏ ਸੀਗੇ, ਅਤੇ ਮੁਸਤਫਾ ਕੁਰੈਸ਼ੀ ਜੀ ਦਾ ਰੋਲ ਯੋਗਰਾਜ ਸਿੰਘ ਨੇ ਹੀ ਕੀਤਾ। ਤੁਹਾਨੂੰ ਪਤਾ ਹੋਣਾ ਪੰਜਾਬੀ ਦੇ ਸਾਡੇ ਇੱਧਰਲੇ ਜਿਹੜੇ ਯੋਗਰਾਜ ਸਿੰਘ ਜੋ ਕ੍ਰਿਕਟਰ ਯੁਵਰਾਜ ਆ ਉਹਨਾਂ ਦੇ ਫਾਦਰ, ਸੋ ਉਹ ਬਹੁਤ ਵਧੀਆ ਉਹਨਾਂ ਨੇ ਡਾਇਲੋਗਸ ਡਿਲੀਵਰ ਕੀਤੇ। ਕ੍ਰਿਕਟਰ ਨੇ ਮੈਨੂੰ ਕਿਹਾ ਕਿ ਨਹੀਂ ਆਪ ਰਾਈ ਸਾਹਿਬ ਵਾਲਾ ਕਰੇ, ਤੋ ਮੇਰਾ ਨੂਰੀਨਤ ਕਾ ਕੈਰੈਕਟਰ ਫਿਰ ਸ਼ਤਰੂਘਨ ਸਿਨਹਾ ਨੇ ਕੀਆ, ਉਹ ਉਨਕੀ ਜੋੜੀ। ਉਹ ਦੋ ਫਿਲਮੇ ਉਹਨਾਂ ਨੇ ਬਣਾਈ, ਇੱਕ ਪੰਜਾਬੀ ਟੂ ਪੰਜਾਬੀ, ਉਸਕਾ ਨਾਮ ਥਾ ਪੁੱਤ ਜੱਟਾਂ ਦੇ, ਔਰ ਇੱਕ ਉਰਦੂ ਮੇ ਬਣਾਈ ਜੀਨੇ ਨਹੀਂ ਦੂੰਗਾ। ਔਰ ਇਹ ਦੋਨੋਂ ਫਿਲਮੇ ਵੀਡੀਓ ਪੇ ਮੈਨੇ ਦੇਖੀ ਹੋਈ, ਲੇਕਿਨ ਨਾਲ ਹੀ ਉਹ ਕਹਿੰਦਾ ਕਿ ਯਾਰ ਹਮਨੇ ਆਪਕਾ ਵੀਡੀਓ ਸੈੱਟ ਪੇ ਰੱਖ ਕਰ ਉਸੀ ਤਰ੍ਹਾਂ ਹੀ ਕਰਨੇ ਕੀ ਕੋਸ਼ਿਸ਼ ਕਰਤੇ ਥੇ, ਆਪਕੀ ਤਰ੍ਹਾਂ ਹੀ ਬੋਲਨੇ ਕੀ ਕੋਸ਼ਿਸ਼ ਕਰਤੇ ਥੇ। ਲੇਕਿਨ ਉਸਨੇ ਇੱਕ ਲਫ਼ਜ਼ ਇਸਤੇਮਾਲ ਕੀਆ, ਕਹਿਣ ਲਗਾ ਯਾਰ ਹਮਨੇ ਜੱਕ ਮਾਰੀ। ਮੈਨੇ ਫਿਰ ਤਾਰੀਫ਼ ਕੀ, ਮੈਨੇ ਕਹਾ ਨਹੀਂ ਐਸੀ ਬਾਤ ਨਹੀਂ ਹੈ, ਮੈਨੇ ਉਹ ਫਿਲਮੇ ਦੇਖੀ ਹੈ, ਬਹੁਤ ਅੱਛੀ ਹੈ, ਇਹ ਸਾਰਾ। ਕਹਿਣ ਲਗਾ ਯਾਰ ਆਪ ਹਮਾਰੇ ਪਾਸ ਆਏ, ਰਲ ਕੇ ਕੰਮ ਕਰੀਏ, ਮਿਲ ਕੇ ਕਰੀਏ, ਇਹ ਕੋਈ ਰਾਤ ਕੇ ਇੱਕ ਦੋ ਵਜੇ ਤੱਕ ਉਨਕੇ ਬੇਟੇ ਆਏ, ਸੰਨੀ ਦੇਵਲ ਆਇਆ, ਬੌਬੀ ਆਇਆ, ਪਾਉਂ ਛੂ ਕੇ ਮਿਲੇ। ਔਰ ਫਿਰ ਮੈਂ ਤੋ ਫਿਰ ਆ ਗਿਆ, ਤੋ ਅਬ ਜਬ ਮੈਂ ਫਿਰ ਲੰਡਨ ਸੇ ਪਾਕਿਸਤਾਨ ਆ ਗਿਆ, ਤੋ ਉਹ ਵੀ ਆਪਣੀ ਸ਼ੂਟਿੰਗ ਵੂਟਿੰਗ ਕਰਕੇ ਕਈ ਕੁਛ ਦਿਨੋਂ ਬਾਅਦ ਆਪਣਾ ਬੰਬੇ ਚਲੇ ਗਏ। ਤੋ ਸ਼ਮਾ ਦਿੱਲੀ ਇੱਕ ਰਿਸਾਲਾ ਨਿਕਲਤਾ ਥਾ ਦਿੱਲੀ ਸੇ, ਬੜਾ ਤਾਰੀਖੀ ਮੈਗਜ਼ੀਨ ਥਾ, ਯੂਨਸ ਦਹਿਲਵੀ ਉਨਕੇ ਐਡੀਟਰ ਥੇ। ਤੋ ਉਹ ਮੁਝੇ ਉਹ ਰਿਸਾਲਾ ਭੇਜਾ ਕਰਤੇ ਥੇ, ਤੋ ਉਸਮੇ ਧਰਮਿੰਦਰ ਸਾਹਿਬ ਕਾ ਇੰਟਰਵਿਊ ਥਾ, ਜਿਸਮੇ ਉਸਨੇ ਮੇਰੇ ਬਾਰੇ ਮੇ ਇਤਨੇ ਬੜੇ ਅੱਛੇ ਅਲਫਾਜ਼ ਸੇ ਜ਼ਿਕਰ ਕੀਆ, ਜੋ ਕਿ ਮੁਝੇ ਖੁਦ ਕਹਤੇ ਹੋਏ ਅੱਛਾ ਨਹੀਂ ਲੱਗਤਾ, ਕਿ ਅਬਕੇ ਮੈਂ ਲੰਡਨ ਮੇ ਹਮ ਕਿਸ ਫਨਕਾਰ ਔਰ ਕਿਸ ਇਨਸਾਨ
अजीम इंसान से हमारी मुलाकात हुई वगैरह। उसके जवाब में मैंने फिर खत लिखा यूनुस देलवी को उनकी तारीफ करते। तो ये एक सिलसिले जो है ये रहे हैं। अब डायलॉग लिखने का आप देखें, इसमें मैं नासिर अदीब साहब को ज़रूर जिक्र करूँगा कि उनकी ही लिखी हुई है जी, जी, उनके डायलॉग है। अलबत्ता ये ज़रूर है कहीं कहीं मैंने उन डायलागों में कुछ खता बुरीद की है, कुछ इजाफा किया है, कुछ वो अपने लहजे को अपना फ्लो हासिल करने के लिए जी, बिल्कुल मैंने किया है। बिल्कुल मिसाल के तौर पर वो सीन जो कैफी साहब की टांग काटता हूँ, तो राइटर ये तो नहीं लिखेगा कि तीन बार कट 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 ये तो नहीं लिखेगा ना, लेकिन वो मैंने खुद बढ़ाया है। और वो इस तरह हुआ कि जैसे ही उसकी लात तोड़ी तो मैं करीब जाकर मैं कहता हूँ, जद तेरी विसाखी जमीन ते वजेगी जो दे विच्चों ठक 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 दी आवाज नहीं, नोरी नत 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 दी आवाज आई। इस गड्ढा से तार ते लगा होया दस साल नता का लो सुन के समझ जा के मैं कौन आ ते बोली जट तू है। ओए वैसी जट भी मैं ही सा, इना नक भी तुसी हो। अपनी लत अपने हथा ला के मेरे पैरों ही सुट दे नूरी, जट से खड़ाक तो भजन दी आखरी सूरत हुई आ। बस कर सोनिया बस कर, मैनू रज के वेखते लैण दे। वार बावा लत्तां भी दो, बावां भी दो, अखां भी एक दो, ऐसे आम जिस्म विच जुरत आई नहीं सकदी जिहड़ा नूरी नत नाल टकरा सके। तेरी बदबख्ती सिर्फ इन्नी है नत्ता, ओ तू जट दा सिर्फ ना सुने ओदा खड़ाक नहीं वेख्या। ओए जट्टा मैनू चीर के वेख फिर वेख तेनू किस बला दे नाल वाह पिया है। कुलाड़ी सिद्धी कर नता, ओए गंडा सा तेरी हिक च बजया ते तेनू अपना हथियार याद आना ही। गज दे बड़े ने पर वस दा कोई नहीं। वस पिया मतलब सिखी कोई नहीं 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 ये तो उधर दी है ना। हाँ, उधर दी है पर आवाज तो आवाज इतना दी मैच कर दी क्योंकि ये अच्छा, हम काफी मैच्योर हो गए हैं। एक है गया इतना दी शक्ल वर्गे अच्छा, इधर इंडियन है गया इतना दी शक्ल थोड़ी थोड़ी ना अमरीश पुरी साहब वर्गी लग दी है। नाम नहीं पता उन्हें तो मैनू पुरानी है ना। हाँ 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 ठीक है बस वही ने यार इतना दे ना आप ना वांगू ही बोलते हैं। हाँ थोड़ा नहीं ये नहीं उन्ना अंगू बोलते जेडे इधर ले वो उन्ना अंगू बोलते हैं क्योंकि मतलब भी सेम मतलब बोलते हैं। हाँ है ना ਜਿਹੜੇ ਮਰਦੀ ਹੈ ਵੀ ਉਹਨਾਂ ਦੀ ਚਲਾ ਆਦੀ ਟੋਨ ਹੈ ਪਰ ਥੋੜੇ ਮਿਲਦੇ ਜੁਲਦੇ ਹੈ ਜਿਵੇਂ ਬਸ ਇਹਨਾਂ ਦਾ ਸਟਾਈਲ ਬਹੁਤ ਜ਼ਬਰਦਸਤ ਹੈ ਯਾਰ ਮਤਲਬ ਬਹੁਤ ਸਾਰੇ ਜਿਹੜੇ ਇੱਧਰ ਸਾਡੇ ਇੰਡੀਆ ਦੇ ਲੋਕ ਹੈ ਨਾ ਜਿਵੇਂ ਹੁਣ ਧਰਮਿੰਦਰ ਹੋਣੀ ਹੈ ਧਰਮਿੰਦਰ ਹੋਣਾ ਮਤਲਬ ਕਿ ਭਾਅ ਜੀ ਹੋਰਾਂ ਤੋਂ ਵੀ ਇਹ ਬਹੁਤ ਸੀਨੀਅਰ ਨੇ ਹੈ ਨਾ ਜੋ ਇਹਨਾਂ ਨੇ ਕੰਮ ਕੀਤੇ ਆ ਜਿਸ ਟਾਈਮ ਤੇ ਇੱਧਰਲੇ ਜਿਹੜੇ ਲੋਕ ਆ ਉਹ ਸਾਰੇ ਕਾਪੀ ਕਰਦੇ ਰਹੇ ਇਹਨਾਂ ਨੂੰ ਇਹਨਾਂ ਦੀਆਂ ਫਿਲਮਾਂ 'ਚੋਂ ਇਹਨਾਂ ਦੇ ਡਾਇਲੋਗਸ ਅਤੇ ਜਿੰਨੇ ਵੀ ਹੁਣ ਡਾਇਲੋਗ ਇਹ ਕਰ ਰਹੇ ਆ ਨਾ ਆਈ ਥਿੰਕ ਇਹ ਜਿਹੜੀ ਨਵੀਂ ਦਾ ਲੀਜੈਂਡ ਉਹ ਮੌਲਾ ਜੱਟ ਆਈ ਹੈ ਉਹਦੇ ਵਿੱਚ ਵੀ ਸਾਰੇ ਇਨਕਲੂਡਡ ਹੈ ਅਤੇ ਉਹਦੇ ਵਿੱਚ ਵੀ ਜਿਹੜਾ ਰੋਲ ਮਤਲਬ ਹਮਜ਼ਾ ਅਲੀ ਅਬਾਸੀ ਨੇ ਪਲੇਅ ਕੀਤਾ ਬਹੁਤ ਜ਼ਬਰਦਸਤ ਕੀਤਾ ਇਹਨਾਂ ਦਾ ਰੋਲ ਪਲੇਅ ਕੀਤਾ ਹਮਜ਼ਾ ਅਲੀ ਨੇ ਸੋ ਉਹ ਫਿਲਮ ਇੱਧਰ ਲੱਗੀ ਨਹੀਂ ਲੱਗਦੀ ਤਾਂ ਅਸੀਂ ਜ਼ਰੂਰ ਵੇਖਦੇ। ਬਸ ਪਿਆ ਤੇ ਨੱਕ ਨੱਕ ਡੁੱਬ ਜਾਏਗਾ ਨਤਾ ਸਾਰਾ ਸੀਨ ਲੰਘਿਆ ਤੈਨੂੰ ਹੁਣ ਯਾਦ ਆਇਆ ਟੰਨ ਇੱਕ ਤੇ ਬੱਚਿਆਂ ਦੀਆਂ ਟੈਨਸ਼ਨਾਂ ਮੈਨੂੰ ਲੈ ਗਏ ਜਿਨ੍ਹਾਂ ਦੇ ਬੱਚਿਆਂ ਨੇ ਜਾ ਉਹਨੂੰ ਦੇ ਜਾ ਕੇ। ਅੱਛਾ ਮੁਝੇ ਅਬ ਇੱਕ ਬਾਤ ਬਤਾਏ ਆਪ ਲੋਕ ਆ ਤੋ ਗਏ ਹੈ ਹਮਾਰੇ ਸ਼ੋ ਮੇ ਠੀਕ ਹੈ अब आप लोग जाएंगे कैसे? एक तरीका छोटा जिहा। कौन सा? ऐसा लेके आया ना जी। असि इहदे को शिफ्ट दे पैसे मंगणे ने। अच्छा। इन्हें अगे लग के दौड़ना असि पिछे पिछे दौड़ना ते इत्थों गए असि। आज भी शाम ढल गई आज भी मेरा डायलॉग नहीं हुआ। एक गाना ही एक गाना है आज भी सूरज डूब गया है आज भी तुम नहीं आए। इधर आओ भाई इधर भी पैसे देने ने इधर भी इधर भी इधर भी पैसे दे मेरा डायलॉग मेरे पैसे दे डायरेक्टर साहब पेमेंट दे के जाओ मैं ड्रेस दे पैसे देने ने जी। अगर तेरे सारे दे देन ते गल चल रही है ते इस गल तो तुसी सारे रल के ते मैनू मारोगे इस देन तो कर दियो। ओ क्यों जी मैं गया लो सर मैं किथे बोलना सर ਸਰ
ਸੋ ਗਾਈਜ਼ ਇਹ ਸੀਗੀ ਅੱਜ ਦੀ ਇੱਕ ਵੀਡੀਓ ਜਿਹੜੀ ਆਪਾਂ ਦੇਖੀ ਆ। ਮੁਸਤਫਾ ਕੁਰੈਸ਼ੀ ਸਾਹਿਬ ਬਹੁਤ ਜ਼ਬਰਦਸਤ ਕੰਮ ਕਰਦੇ ਆ, ਹੁਣ ਤਾਂ ਇਹਨਾਂ ਦੇ ਮੇਰੇ ਖਿਆਲ ਕਿਸੇ ਪ੍ਰੋਜੈਕਟ ਵਿੱਚ ਨਹੀਂ ਆਏ ਹੁਣ ਤਾਂ, ਵੈਸੇ ਵੀ ਹੁਣ ਏਜਡ ਹੋ ਚੁੱਕੇ ਆ, ਪਰ ਜੋ ਸੀਨੀਅਰ ਆਰਟਿਸਟ ਨੇ ਹਜੇ ਵੀ ਮਤਲਬ ਐਕਟਿੰਗ ਵਧੀਆ। ਹਾਂ ਮਤਲਬ ਉਹ ਜਿਹੜੀ ਆਵਾਜ਼ ਦੀ ਇਹਨਾਂ ਦੀ ਗਰਜ ਹੈ ਨਾ ਹਜੇ ਵੀ ਉਦਾਂ ਹੀ ਬਰਕਰਾਰ ਹੈ। ਹਾਂ ਇਦਾਂ ਦੀ ਮੂਵੀ ਬਣ ਸਕਦੀ ਹੈ ਨਾ ਲੈ ਜਿਵੇਂ ਨਾ। ਮੈਨੂੰ ਤਾਂ ਯਾਰ ਪਤਾ ਨਹੀਂ ਲੋਕੀ ਮਤਲਬ ਜਿਹੜੇ ਪ੍ਰੋਡਿਊਸਰਸ ਹੁੰਦੇ ਆ ਹੈ ਨਾ, ਮਿਊਜ਼ਿਕ ਪ੍ਰੋਡਿਊਸਰਸ, ਉਹਨਾਂ ਨੂੰ ਚਾਹੀਦਾ ਕਿ ਜੋ ਆਪਣੇ ਮਤਲਬ ਕਿ ਸਰਮਾਏ ਹੁੰਦੇ ਆ ਇਹ ਹੈ ਨਾ, ਜੋ ਓਲਡ ਇਜ਼ ਗੋਲਡ, ਕਿਉਂਕਿ ਪੁਰਾਣੇ ਜਿਹੜੇ ਆਰਟਿਸਟ ਆ ਉਹਨਾਂ ਨੂੰ ਕਿਤੇ ਕਿਤੇ ਨਾ ਵਿੱਚ ਵਿੱਚ ਉਹਨਾਂ ਦੀ ਗੈਸਟ ਅਪੀਅਰੈਂਸ ਕਰ ਲਓ ਜਾਂ ਉਹਨਾਂ ਨੂੰ ਇੱਦਾਂ ਦੇ ਮੌਕੇ ਦੇਣੇ ਚਾਹੀਦੇ ਆ ਨਾ, ਅੱਗੇ ਲੈ ਕੇ ਆਉਣਾ ਚਾਹੀਦਾ ਉਹਨਾਂ ਨੂੰ, ਤਾਂ ਜੋ ਅੱਜ ਕੱਲ੍ਹ ਦੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਪਤਾ ਲੱਗੇ ਕਿ ਇਹ ਵੀ ਕੋਈ ਆਰਟਿਸਟ ਸੀ। ਜਿਵੇਂ ਸੰਨੀ ਦਿਓਲ ਵਗੈਰਾ ਐਕਟਿੰਗ ਕਰਦਾ ਰਿਹਾ ਆਰਮੀ ਹੈ ਨਾ, ਜਿਵੇਂ ਗਾਣਿਆਂ 'ਚ ਉਹ ਸੋਰੀ ਫਿਲਮਾਂ 'ਚ ਹਾਂਜੀ, ਅਤੇ ਮੈਂ ਕਹਿੰਦੀ ਹਾਂ ਜਿਵੇਂ ਇਹਨਾਂ ਦਾ ਵੀ ਉਹ ਜੇ ਰੋਲ ਜੇ ਇੱਦਾਂ ਦੇ ਹੈ ਨਾ, ਹਾਂ ਵੀ ਮੈਨੂੰ ਪਤਾ ਨਹੀਂ ਨਾ ਇਹਨਾਂ ਦੇ ਹੁਣ ਕੀ ਹੈਗੇ ਆ ਨਾ, ਕੀ ਕੰਮ ਕਿੰਨੀ ਫਿਲਮਾਂ ਬਣਾਈਆਂ। ਇਹਨਾਂ ਦੇ ਰੋਲ ਜ਼ਿਆਦਾਤਰ ਇੱਕ ਜੱਟਾਂ ਵਾਲੇ ਦੇ, ਵੈਲੀ ਬੁਣੇ ਵਾਲੇ, ਇੱਕ ਦੁਸ਼ਮਣਾਂ ਵਾਲੇ ਇਹਨਾਂ ਦੇ, ਇਹਨਾਂ ਦੇ ਮਤਲਬ ਬੋਲਣ ਦੇ ਤਰੀਕੇ ਤੇ ਮੈਨੂੰ ਪਤਾ ਲੱਗ ਗਿਆ। ਧਰਮਿੰਦਰ ਭਾਜੀ ਦੀ ਜਦੋਂ ਡਾਇਲੌਗਸ ਆਪਾਂ ਦੇਖਦੇ ਹਾਂ ਨਾ, ਮੰਨ ਲਾ ਇੰਨੀਆਂ ਫਿਲਮਾਂ ਆਈਆਂ, ਉਹਨਾਂ ਦੀ ਫਿਲਮ ਆਈ ਸੀ ਜੱਟ ਜਮਲਾ ਪਗਲਾ ਦੀਵਾਨਾ, ਜਿਹੜੀ ਪਹਿਲੀ ਆਈ ਸੀ, ਬਾਅਦ ਵਾਲੀ ਨਹੀਂ ਜਿਹੜੀ ਪਹਿਲੀ, ਅਤੇ ਉਹਦੇ 'ਚ ਤੁਸੀਂ ਐਕਟਿੰਗ ਦੇਖ ਸਕਦੇ ਹਾਂ ਕਿ ਆਪਾਂ ਨੂੰ ਥੋੜ੍ਹੀ ਥੋੜ੍ਹੀ ਲੱਗਦਾ ਹੈ ਕਿ ਹਾਂ ਉਹ ਇਹਨਾਂ ਦਾ ਜਿਹੜਾ ਕਿਰਦਾਰ ਨੂੰ ਨਾ ਥੋੜ੍ਹਾ ਜਿਹਾ ਅਡੋਪਟ ਕਰਨ ਦੀ ਕੋਸ਼ਿਸ਼ ਕਰ ਰਿਹਾ ਉਸ ਤਰ੍ਹਾਂ ਨਾਲ ਬੋਲਦੇ ਆ। ਮੈਂ ਫੈਨ ਹਾਂ ਇਹਨਾਂ ਦਾ, ਥੋੜ੍ਹਾ ਲੱਗਦਾ ਉਹਨਾਂ ਦੀ ਟੋਨ 'ਚ ਲੱਗਦਾ ਵੀ ਉਹਨਾਂ ਦੀ ਟੋਨ ਮਿਲਦੀ ਹੈ। ਹਾਂ ਥੋੜ੍ਹਾ ਜਿਹਾ ਉਸ ਢੰਗ ਨਾਲ ਬੋਲਦੇ ਆ, ਧਰਮਿੰਦਰ ਭਾਜੀ ਦਾ ਥੋੜ੍ਹਾ ਉਵੇਂ ਦਾ ਰੁਤਬਾ ਜਾਣਾ, ਉੱਦਾਂ ਥੋੜ੍ਹੀ ਜਿਹੀ ਮਤਲਬ ਕਿ ਜਿਵੇਂ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੀਆਂ ਸਾਰੀਆਂ ਫਿਲਮਾਂ ਦੇਖੀਆਂ, ਤਾਂ ਉਹ ਆਟੋਮੈਟਿਕਲੀ ਜਿਹੜਾ ਬੰਦਾ ਜਿਹਨੂੰ ਜ਼ਿਆਦਾ ਪਸੰਦ ਕਰਦਾ ਉਹਨੂੰ ਕਾਪੀ ਕਰਦਾ ਵੀ ਉਹ ਚੀਜ਼ ਉਹਨਾਂ ਨੇ ਕੀਤੀ ਹੈ, ਉਹਨਾਂ ਦੀ ਆਵਾਜ਼ ਤੋਂ ਲੱਗਦਾ ਹੁਣ ਪਤਾ ਲੱਗਦਾ ਵੀ ਉਹ ਫੈਨ ਨੇ ਹੀ ਫੈਨ ਹੈ ਨਾ, ਕਿਉਂਕਿ ਇੱਧਰ ਧਰਮਿੰਦਰ ਹੋਣਾਂ ਦੀ ਐਕਟਿੰਗ ਸਾਨੂੰ ਬਹੁਤ ਅੱਛੀ ਲੱਗਦੀ ਹੈ, ਬਹੁਤ ਵਧੀਆ ਲੱਗਦੀ ਹੈ, ਮਜ਼ਾ ਆ ਜਾਂਦਾ ਉਹਨਾਂ ਦੀ ਐਕਟਿੰਗ, ਭਾਵੇਂ ਤੁਸੀਂ ਹੁਣ ਵੀਡੀਓਜ਼ ਦੇਖੋ ਉਹਨਾਂ ਦੀਆਂ ਫਿਲਮਾਂ ਦੇਖੋ ਮਜ਼ਾ ਆ ਜਾਂਦਾ। ਮੈਂ ਹੁਣ ਆ ਫਿਲਮ ਜਦੋਂ ਆਪਾਂ ਵੀਡੀਓ ਦੇਖ ਰਹੇ ਹਾਂ ਨਾ, ਮੇਰੇ ਮਨ 'ਚ ਇਹ ਚੱਲ ਰਿਹਾ ਸੀ ਕਿ ਯਾਰ ਹੁਣੇ ਆ ਬੰਦ ਕਰਨ ਤੋਂ ਬਾਅਦ ਨਾ ਮੌਲਾ ਜੱਟ ਫਿਲਮ ਲਾਉਂਦੇ ਹਾਂ ਅਤੇ ਉਹ ਦੇਖਦੇ ਹਾਂ, ਜਿਹੜੀ ਪੁਰਾਣੀ ਪਹਿਲੇ ਵਾਲੀ, ਠੀਕ ਹੈ, ਉਹ ਤਾਂ ਯੂਟਿਊਬ 'ਤੇ ਅਵੇਲੇਬਲ ਹੈ, ਉਹ ਦੇਖਦੇ ਹਾਂ। ਚਲੋ ਦੇਖਦੇ ਹਾਂ, ਅੱਜ ਦੇਖਾਂਗੇ ਜ਼ਰੂਰ, ਅਤੇ ਤੁਹਾਨੂੰ ਕਿੱਦਾਂ ਲੱਗਿਆ ਇਹਦੀ ਵੀਡੀਓ, ਕਮੈਂਟ ਕਰਕੇ ਸਾਨੂੰ ਦੱਸਿਓ ਜ਼ਰੂਰ, ਅਤੇ ਜਾਣ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲਿਓ। ਮਿਲਦੇ ਤੁਹਾਨੂੰ ਕਿਸੇ ਹੋਰ ਵੀਡੀਓ 'ਚ, ਸਤਿ ਸ਼੍ਰੀ ਅਕਾਲ।